ਓਏ ਭੋਲੇ ਤੋਂ ਬਾਅਦ ਫਿਰ ਸਾਡੇ ਨਾਲ ਇੱਕ ਕੂਲਾ ਜਿਹਾ ਮੁੰਡਾ ਖੜਾ ਜਿਹੜਾ ਪਿੰਡਾਂ ਲੱਗਾ ਕੂਲਾ ਸ਼ਬਦ ਬਹੁਤ ਟਾਈਮ ਬਾਅਦ ਸੁਣਿਆ ਯਾਰ ਹੱਸ ਖੇਡ ਕੇ ਹੋਰ ਕੀ ਲੈ ਜਾਣਾ ਮਗਰ ਕੀ ਟੈਨਸ਼ਨਾਂ ਲਈ ਜਾਓ ਬਿਨਾਂ ਗੱਲ ਤੋਂ ਨੈਗੇਟਿਵ ਸੋਚੀ ਜਾਓ ਹਨਾ ਚੜ੍ਹਦੀ ਕਲਾ 'ਚ ਰਹੀਦਾ ਜਿਵੇਂ ਪਹਿਲਾਂ ਪਿਆਰ ਮਿਲਿਆ ਅਤੇ ਇਸ ਲੁੱਕ ਨਾਲ ਕਿੰਨਾ ਕੁ ਪਿਆਰ ਹੋਇਆ ਜਦੋਂ ਸ਼ੀਸ਼ੇ ਸਾਹਮਣੇ ਵੇਖਿਆ ਸੱਚੀ ਯਾਰ ਮੈਨੂੰ ਕਲੀਨ ਸ਼ੇਵ ਰਹਿਣਾ ਨਹੀਂ ਪਸੰਦ ਹੈਗਾ ਪਰ ਐਂ ਚਲੋ ਕੰਮ ਕਰਕੇ ਤੁਹਾਨੂੰ ਕਰਨਾ ਪੈਂਦਾ ਹੈ ਨਾ ਸੋ ਪਰਸਨਲੀ ਮੈਨੂੰ ਕਲੀਨ ਸ਼ੇਵ ਨਹੀਂ ਪਸੰਦ ਹੈ ਨਾ ਆਪਾਂ ਘਰਾਂ 'ਚ ਬੰਦ ਹੋ ਗਏ ਹੈ ਨਾ ਜੇ ਉਦੋਂ ਕਿਤੇ ਟੀ ਵੀ ਇੰਟਰਟੇਨਮੈਂਟ ਨਾ ਹੁੰਦਾ ਆਪਣਾ ਕੀ ਹਾਲ ਹੁੰਦਾ ਨਾ ਆਪਾਂ ਰਹਿ ਨਹੀਂ ਸਕਦੇ ਅੱਗੇ ਪਹਿਲਾਂ ਪੈਣਾ ਹੀ ਕੀ ਵੀ ਨੂੰ ਅਤੇ ਅੱਜ ਸੈਲ ਜੇ ਪੂਰੇ ਕਰੀਏ ਆਪਾਂ ਅੱਜ स्वागत है तुसी देख लो डेली पोस्ट पंजाबी ते एक बार फिर सानू बड़े बेसब्री ने इंतजार सी ओए भोले तो बाद फिर साडे नाल एक कूला जिहा मुंडा खड़ा जिहड़ा पिंडां लगा कूला शब्द बहुत टाइम बाद सुणिया यार कह रहे हुंदे ने पिंडां लगे कहिंदे उहनां दा जवान नाल एक कूला जिहा गया सी जिन्ने कूला मैं कहना साडे पिंड कूला शब्द ना बहुत टाइम बाद सुणिया ना सो मैं इधर हाँ हाँ कूला बहुत वधिया ठेठ पंजाबी शब्द है चोर दिल हैगी चलो 25 अक्टूबर नूं असीं कहांगे कि जिवें पहला प्यार मिलिया ते इस लुक नाल कितना कु प्यार होया जदों शीशे सामने वेख्या सच्ची यार मैनूं क्लीन शेव रहना नहीं पसंद हैगा पर ऐ चलो कम करके तुहानूं करना पैंदा ना सो परसनली मैनूं क्लीन शेव नहीं पसंद है ना हालांकि हुण कॉम्पली दिंदे आ कॉम्पलीमेंट लोग जे भी आ भी वधिया लगदी है पर मैं कहा नहीं यार दाढ़ी बिना गल नहीं बणदी है ते चोर दिल एक ओ कंसैप्ट सी जिथे सारा ठेठ चीज़ां दिखाइयां जिहड़ियां पुराना सिस्टम हुंदा सी सारा यारां बेलियां नाल घूमना फिरना इत्थों की टिब्बियां दे सैरां भी कराइयां ते इस फिल्म च की जिहड़ा वखरा देखण नूं मिलेगा इहदे च एक स्टूडेंट लाइफ है मुंडे दी है ना वो बाहर रहिंदा ਉਹਨੂੰ ਕੀ ਸਟਰਗਲਸ ਕਰਨ ਨੂੰ ਮਿਲਦੇ ਹੈ ਨਾ ਅਤੇ ਉੱਥੇ ਕੀ ਟੈਨਸ਼ਨਾਂ ਆਉਂਦੀਆਂ ਉਹਨੂੰ ਟੈਨਸ਼ਨ ਤੋਂ ਬਾਅਦ ਕੀ ਹੁੰਦਾ ਕਿ ਅੱਜ ਕੱਲ੍ਹ ਪਿੱਛੇ ਜੇ ਬਹੁਤ ਹੋਇਆ ਹੈ ਨਾ ਤੁਸੀਂ ਸੁਣਿਆ ਕਿ ਹਾਰਟ ਅਟੈਕ ਬਹੁਤ ਆਏ ਸੋ ਉਹਦੇ ਕਰਕੇ ਉਹਨੂੰ ਟੈਨਸ਼ਨ ਰਹਿੰਦੀ ਹੈ ਥੋੜ੍ਹਾ ਡਿਪਰੈਸ਼ਨ 'ਚ ਰਹਿੰਦਾ ਉਸ ਤੋਂ ਬਾਅਦ ਸਡਨਲੀ ਉਹਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹਦਾ ਹਾਰਟ ਚੇਂਜ ਹੋ ਜਾਂਦਾ ਕਿਸੇ ਨਾਲ ਅਤੇ ਕੁਦਰਤੀ ਉਹਨੂੰ ਮਿਲ ਜਾਂਦਾ ਅਤੇ ਸੋ ਉਹਦੇ ਕਰਕੇ ਉਹਦੇ ਲਾਈਫ ਥੋੜ੍ਹੀ ਜਿਹੀ ਬਦਲ ਜਾਂਦੀ ਹੈ ਉਹਦੇ ਨਾਲ ਫਨ ਕ੍ਰੀਏਟ ਹੁੰਦਾ ਸੋ ਪੰਜਾਬੀਆਂ ਦੀ ਤਾਂ ਆਦਤ ਵੀ ਇਹੀ ਹੈ ਨਾ ਸੈਡ ਚੀਜ਼ 'ਚੋਂ ਵੀ ਫਨ ਲੱਭ ਹੀ ਲੈਂਦੇ ਆ ਕਿਸੇ ਤਰੀਕੇ ਨਾਲ ਹੈ ਨਾ ਸੋ ਉਹਦੇ ਨਾਲ ਫਿਲਮ ਫਨੀ ਹੁੰਦੀ ਜਾਂਦੀ ਹੈ ਸਿਚੁਏਸ਼ਨ ਪੈਦਾ ਹੁੰਦੀਆਂ ਜਾਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਪ੍ਰੋਬਲਮ ਨੂੰ ਵੀ ਹੱਸ ਕੇ ਕੱਢ ਦਿੰਦੇ ਆ ਜਗਜੀਤ ਅਕਸਰ ਲਾਈਫ 'ਚ ਵੀ ਇੰਨਾ ਹੱਸਮੁੱਖ ਹੈਗਾ ਮਤਲਬ ਅਸੀਂ ਘਰੇਲੂ ਗੱਲ ਕਰੀਏ ਜਿਵੇਂ ਹੁਣ ਫਿਲਮਾਂ 'ਚ ਹਮੇਸ਼ਾ ਪਹਿਲੀ ਫਿਲਮ ਦੀ ਗੱਲ ਕਹਿੰਦੇ ਜੀ ਪੂਰਾ ਹੱਸ ਹੈਗਾ ਹਾਂ ਹਾਂ ਘਰੇਲੂ ਪੂਰੀ ਇੰਜੋਏ ਕਰੀ ਦੀ ਆ ਯਾਰ ਲਾਈਫ ਪੂਰਾ ਹੱਸ ਖੇਡ ਕੇ ਹੋਰ ਕੀ ਲੈ ਜਾਣਾ ਮਗਰ ਕੀ ਟੈਨਸ਼ਨਾਂ ਲਈ ਜਾਓ ਬਿਨਾਂ ਗੱਲ ਤੋਂ ਨੈਗੇਟਿਵਿਟੀ ਸੋਚੀ ਜਾਓ ਹੈ ਨਾ ਚੜ੍ਹਦੀ ਕਲਾ 'ਚ ਰਹੀਦਾ ਕਿੰਨਾ ਕੁ ਪਿਆਰ ਹੈ ਪੈਸੇ ਨਾਲ ਕਿਹਨੂੰ ਪਿਆਰ ਨਹੀਂ ਹੁੰਦਾ ਉਹ ਤਾਂ ਹੈ ਯਾਰ ਦੇਖੋ ਰੋਜ਼ੀ ਰੋਟੀ ਵੀ ਹੈ ਭਾਵੁਕ ਹੁੰਦਾ ਠੀਕ ਹੈ ਰੋਜ਼ੀ ਰੋਟੀ ਵੀ ਚਲਾਉਣੀ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਉਹਦੇ ਨਾਲ ਤੁਸੀਂ ਕੰਮ ਕਾਹਦੇ ਲਈ ਕਰ ਰਹੇ ਹੋ ਹਰ ਬੰਦਾ ਚਾਹੁੰਦਾ ਕਿ ਉਹ ਗਰੋ ਕਰੇ ਹੈ ਨਾ ਗਰੋ ਕਰਕੇ ਤੁਸੀਂ ਪੈਸਾ ਕਮਾਓ ਹੋਰ ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਨੂੰ ਮੈਂ ਪੂਰੀ ਤਰੱਕੀ ਦਿੰਦਾ ਪਰ ਪੈਸੇ ਤੁਹਾਨੂੰ ਨਹੀਂ ਮਿਲਣੇ ਤੁਸੀਂ ਐਕਸੈਪਟ ਕਰੋਗੇ ਹੈ ਨਾ ਨਹੀਂ ਕਰੋਗੇ ਸੋ ਉਹੀ ਗੱਲ ਹੈ ਕਿ ਗਰੋ ਕਰਨ ਨਾਲ ਤੁਹਾਡੀਆਂ ਚੀਜ਼ਾਂ ਨੇ ਜਿਹੜੀਆਂ ਬਦਲਦੀਆਂ ਨੇ ਹੈ ਨਾ ਹਰ ਬੰਦਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਇਕੱਲਾ ਹਰ ਕੋਈ ਚਾਹੁੰਦਾ ਕਿ ਉਹ ਤਰੱਕੀ ਕਰੇ ਤੁਸੀਂ ਜਿਹੜੀ ਫਿਲਮ 'ਚ ਕੁਛ ਅਸਲੀਅਤ ਹਮੇਸ਼ਾ ਦਿਖਾਉਂਦੇ ਹੋ ਪਹਿਲਾਂ ਤੁਸੀਂ ਮੀਡੀਆ ਦਾ ਪੱਖ ਦਿਖਾਇਆ ਸੀ ਅਤੇ ਇੱਥੇ ਤੁਸੀਂ ਬਾਬਿਆਂ ਦਾ ਦਿਖਾਇਆ ਜੋ ਅਸੀਂ ਦੇਖਦੇ ਹਾਂ ਅਕਸਰ ਕੀ ਕੁਛ ਕਰ ਜਾਂਦੇ ਨੇ ਪਤਾ ਲੱਗਦਾ ਉਹ ਪਿੱਛੋਂ ਭਾਂਡਾ ਸਾਫ਼ ਹੋ ਜਾਂਦਾ ਸਾਰਾ ਇਹਦੇ 'ਚ ਵੀ ਇੱਕ ਇੱਦਾਂ ਦਾ ਹੈਗਾ ਕਰੈਕਟਰ ਹੈ ਨਾ ਉਹ ਚਲੋ ਰਾਈਟਰ ਨੇ ਉਹ ਲਿਖਿਆ ਉਵੇਂ ਦਾ ਹੈ ਨਾ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਹੈ ਨਾ ਮੈਨੂੰ ਲੱਗਦਾ ਆਰਟ ਦਾ ਕੰਮ ਹੀ ਹੈ ਕਿ ਸੱਚ ਸਾਹਮਣੇ ਰੱਖਣਾ ਸੋ ਹਮੇਸ਼ਾ ਹੀ ਕਰਦੇ ਰਹਾਂਗੇ ਸਾਡੀ ਫਿਲਮ ਤਾਂ ਹਮੇਸ਼ਾ ਹੀ ਆਉਂਦਾ ਰਹੂਗਾ ਕੋਈ ਵੀ ਹੋਊਗਾ ਕੁਛ ਵੀ ਇੱਦਾਂ ਦਾ ਹੋਊਗਾ ਮੈਨੂੰ ਲੱਗਦਾ ਇਹੀ ਫਿਰ ਪੁਰਾਣੇ ਟਾਈਮ 'ਚ ਭਾਂਡੇ ਨਹੀਂ ਸੀ ਹੁੰਦੇ ਹੈ ਨਾ ਉਹ ਮੂੰਹ 'ਤੇ ਗੱਲ ਕਹਿ ਜਾਂਦੇ ਹੁੰਦੇ ਸੀਗੇ ਯਾਰ ਉਹ ਕਿੱਡੀਆਂ ਵਧੀਆ ਲੱਗਦੀਆਂ ਹੁੰਦੀਆਂ ਸੀਗੀਆਂ ਸੋ ਮੈਨੂੰ ਲੱਗਦਾ ਕਿ ਆਰਟ ਦਾ ਅਸਲੀ ਮਕਸਦ ਇਹੀ ਹੈ ਕਿ ਜਿਹੜਾ ਆਸੇ ਪਾਸੇ ਹੋ ਰਿਹਾ ਉਹ ਸੱਚਾਈ ਨੂੰ ਸਾਹਮਣੇ ਲੈ ਕੇ ਇੰਟਰਟੇਨਮੈਂਟ ਮਤਲਬ ਹਾਸਾ ਹੀ ਹੋਣਾ ਚਾਹੀਦਾ ਅਸੀਂ ਇਹਨੂੰ ਸੀਰੀਅਸ ਕਹੀਏ ਜਦੋਂ ਆਪਾਂ ਸੀਰੀਅਸ ਜਦੋਂ ਇੰਟਰਟੇਨਮੈਂਟ ਦਾ ਮਤਲਬ ਤਾਂ ਹਾਸਾ ਹੀ ਹੈਗਾ ਉਹ ਭਾਂਡਾ ਆਉਂਦੇ ਹੁੰਦੇ ਸੀ ਜਾਂ ਕੁੱਟ ਕੁੱਟ ਕੇ ਆਪਾਂ ਉਹਨਾਂ ਨੂੰ ਵੇਖ ਕੇ ਹੱਸੀ ਜਾਂਦੇ ਸੀ ਯਾਰ ਦੇਖ ਆਰਟ ਨੇ ਸਾਡੇ ਮੰਨ ਲਓ ਆਪਾਂ ਲੋਕਡਾਊਨ ਹੋਇਆ ਆਪਾਂ ਘਰਾਂ 'ਚ ਬੰਦ ਹੋ ਗਏ ਹੈ ਨਾ ਜੇ ਉਦੋਂ ਕਿਤੇ ਟੀ ਵੀ ਇੰਟਰਟੇਨਮੈਂਟ ਨਾ ਹੁੰਦਾ ਆਪਣਾ ਕੀ ਹਾਲ ਹੁੰਦਾ ਹੈ ਨਾ ਆਪਾਂ ਰਹਿ ਨਹੀਂ ਸਕਦੇ ਆਪਾਂ ਘਰਾਂ ਦੇ ਅੰਦਰ ਰਹਿ ਨਹੀਂ ਸਕਦੇ ਆਪਾਂ ਹੈਗੇ ਆਜ਼ਾਦ ਆਪਾਂ ਨੂੰ ਬਾਹਰ ਘੁੰਮਣਾ ਫਿਰਨਾ ਬਾਹਰ ਰਹਿਣਾ ਗੱਲਾਂ ਬਾਤਾਂ ਕਰਨੀਆਂ ਉਹ ਵਧੀਆ ਲੱਗਦਾ ਵੀਰ ਇੱਕ ਤੁਹਾਨੂੰ ਯਾਦ ਚਲੋ ਤੁਸੀਂ ਵੀ ਇਹ ਜੇ ਵਿਆਹ ਵੇਖਿਆ ਜਦੋਂ ਪਹਿਲਾਂ ਸ਼ੁਰੂਆਤ 'ਚ ਕੀ ਹੁੰਦਾ ਸੀ ਜਦੋਂ ਬਰਾਤ ਜਾਂਦੀ ਹੁੰਦੀ ਸੀ ਨਾ ਪਿੰਡ ਦੀ ਦੂਰ ਨਹਿਰ ਨੂਰ ਅਤੇ ਨਾਲੀ 'ਤੇ ਕੋਲਡ ਡਰਿੰਕ ਪਿਆ ਦਿੰਦੇ ਸੀ ਉਹ ਦਿਨ ਯਾਦ ਹੈਗੇ
हाँ हाँ उहदे नाल आंडे भी मिल जांदे सी ਉਹ ਬਦਾਮ ਨੂੰ ਬੜੀ ਖੁਸ਼ੀ ਮਿਲਦੀ ਸੀ ਯਾਰ ਮੈਂ ਕਿੱਥੇ ਲਾਏ ਨੇ ਪਹਿਲਾਂ ਬਰਾਤ ਰੋਕ ਕੇ ਨਹੀਂ ਕਰਦੇ ਨੇ ਪਹਿਲਾਂ ਬਰਾਤਾਂ ਰੋਕਦੇ ਹੁੰਦੇ ਸੀ ਰਸਤੇ 'ਚ ਰਿਸ਼ਤੇਦਾਰੀਆਂ ਹੈ ਨਾ ਲੰਬੀ ਬਰਾਤ ਹੁੰਦੀ ਸੀ ਰਸਤੇ 'ਚ ਰੋਕ ਕੇ ਨਾ ਇੱਕ ਤਾਂ ਪਿਆਉਂਦੇ ਹੁੰਦੇ ਸੀ ਉਹ ਆਪਣਾ ਆਪਾਂ ਬੱਤਾ ਕਹਿੰਦੇ ਹੁੰਦੇ ਸੀ ਉਦੋਂ ਨਾ ਬੱਤਾ ਪਿਆਉਂਦੇ ਸੀ ਨਾਲ ਆਂਡੇ ਉਹ ਜਿਹੜੇ ਵਧੀਆ ਸੇਵਾ ਕਰਦੇ ਸੀ ਉਹ ਆਂਡੇ ਖਵਾਉਂਦੇ ਸੀ ਉੱਥੇ ਹੀ ਆਂਡੇ ਉਂਡੇ ਜੇ ਖਾ ਲੈਂਦੇ ਸੀ ਵੀ ਉੱਥੇ ਜਾਵਾਂਗੇ ਆਂਡੇ ਖਾਵਾਂਗੇ ਸਹੀ ਹੈ ਕਈ ਵਾਰੀ ਚੀਜ਼ਾਂ ਨਹੀਂ ਮਿਲਦੇ ਸੀ ਫਿਰ ਲੱਗਦਾ ਸੀ ਯਾਰ ਇਹ ਵਿਆਹ ਛੋਟਾ ਹੋਣਾ ਹੈ ਹਾਂ ਆਮਲੇਟ ਉਹ ਕਿਤੇ ਰੂਟੀਨ 'ਚ ਨਹੀਂ ਸੀ ਮਿਲਦੀ ਹੁੰਦੀ ਹੈ ਨਾ ਆਪਣਾ ਚਿਕਨ ਚੁਕਣ ਹੈ ਵੱਢਣਾ ਉੱਥੇ ਜਾ ਕੇ ਪੂਰਾ ਇੱਕ ਹੁੰਦਾ ਸੀ ਇੱਕ ਜਦੋਂ ਵਿਆਹ ਚੱਲ ਪੈਣ ਇਹਨਾਂ ਦੇ ਵਿੱਚ ਸ਼ਿਕਾਰ ਨਾ ਉਹ ਸ਼ੁਰੂਆਤ ਹੋਈ ਸੀ ਫਰੂਟ ਰੱਖਣ ਦੀ ਕੇਲੇ ਸੇਬ ਰੱਖਣੇ ਸ਼ੁਰੂ ਕਰਦੇ ਸੋਚਦੇ ਜੇ ਰਾਜੇ ਨਾਲ ਰੱਖੇ ਨਾ ਬੜਾ ਤਗੜਾ ਵਿਆਹ ਹੋਣਾ ਅੱਜ ਮਹਾਰਾਜ ਕੇਲੇ ਸੇਬ ਹੌਲੀ ਹੌਲੀ ਮਹਿੰਗੇ ਫਰੂਟਾਂ 'ਤੇ ਆ ਗਿਆ ਉਹਨਾਂ ਨੇ ਕੀਵੀ ਦਿੱਤਾ ਐਂ ਗੱਲਾਂ ਆਉਂਦੀਆਂ ਨਿੱਕੇ ਨਿੱਕੇ ਹਾਸੇ ਨਿੱਕੇ ਹੈ ਨਾ ਉਦੋਂ ਅਸੀਂ ਹੁੰਦੇ ਸੀ ਜਾ ਕੇ ਪਹਿਲਾਂ ਪੈਣਾ ਹੀ ਕੀਵੀ ਨੂੰ ਵੀ ਅੱਜ ਸੈਲ ਜੇ ਪੂਰੇ ਕਰੀਏ ਆਪਾਂ ਅੱਜ ਦੰਦ ਭਾਵੇਂ ਦਰਦ ਹੋਣ ਲੱਗ ਗਏ ਉਦੋਂ ਤਾਂ ਛੱਡਦੇ ਨਹੀਂ ਸੀ ਖਾਣ ਹਾਂ ਹਾਂ ਯਾਰ ਉਹ ਵੀ ਇੱਕ ਲਾਈਫ ਹੁੰਦੀ ਹੈ ਨਾ ਉਦੋਂ ਬਚਪਨ ਸੀਗਾ ਨਾ ਬੜਾ ਇੰਜੋਏ ਕੀਤਾ ਨਾ ਅੱਜ ਚਲੋ ਚੀਜ਼ਾਂ ਹੋਰ ਹੋ ਗਈਆਂ ਚਲੋ ਅੱਜ ਸਮਾਂ ਥੋੜ੍ਹਾ ਘੱਟ ਮੈਂ ਤੁਹਾਡੀ ਵੇਟ ਕਰ ਰਹੇ ਨੇ ਅਤੇ ਕੀ ਕਹਿਣਾ ਚਾਹੁੰਦੇ ਫਿਲਮ 25 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਹਾਂਜੀ ਫੈਸਟੀਵਲ ਸੀਜ਼ਨ ਹੈ 25 ਅਕਤੂਬਰ ਨੂੰ ਫਿਲਮ ਆ ਰਹੀ ਹੈ ਨਾ ਸੋ ਤੁਸੀਂ ਸ਼ੋਪਿੰਗ ਕਰਦੇ ਕਰਦੇ ਮਾਲ ਦੇ ਵਿੱਚ ਜਦੋਂ ਫਿਲਮ ਦੇਖੋਗੇ ਜਾਂ ਦੇਖਣ ਜਾਓਗੇ ਨਿਰਾਸ਼ ਨਹੀਂ ਹੋਵੋਗੇ 2 ਘੰਟੇ ਪੂਰਾ ਇੰਜੋਏ ਕਰਕੇ ਜਾਓਗੇ ਅਤੇ ਤੁਹਾਡੀ ਫਿਲਮ ਜੇ ਅੱਜ ਕੱਲ੍ਹ 2 ਘੰਟੇ ਵੀ ਹੱਸਣਾ ਕਿਤੇ ਸੌਖਾ ਪਿਆ ਥੈਂਕ ਯੂ ਵੀਰ